ਅਸਲਾਮੁਆਲਿਕਮ ਵਾਲੇਕੁਮ ਅਸਲਾਮ ਕਿਹਾਲ ਹੈ ਭਾਈ ਜਾਨ ਠੀਕ ਠਾਕ ਹੈ ਕੀ ਨਾਮ ਹੈ ਭਾਈ ਆਪਣਾ ਨਾਮ ਭਾਈ ਆਪਣਾ ਦੇ ਲੀ ਤੇ ਭਜਨ ਸਹੀੜ ਫੜੇ ਹੋਇਆ ਤੁਸੀਂ ਭਾਈ ਜਾਨ ਸਹੀੜ ਰੱਖਿਆ ਨੇ ਗਵਾਂਢੀ ਇਹਦੇ ਨੇ ਹਾਂਜੀ ਸਦਾਰ ਨੇ ਭਾਈ ਤੇ ਮੈਂ ਕਿ ਚਲੋ ਯਾਰ ਭਾਈ ਜਾਨ ਵੀਡੀਓ ਬਣਾ ਕੇ ਦਿਖਾ ਦੇਵੀ ਕਿ ਵੀਡੀਓ ਬਣਾਉਣ ਦਾ ਮਕਸਦ ਕੀ ਹੈ ਭਾਈ ਜਾਨ ਅਸੀਂ ਸੇਲ ਵੀ ਕਰਨਿਆ ਨਾ ਅੱਛਾ ਸੇਲ ਕਰਨ ਵਾਸਤੇ ਵੀਡੀਓ ਬਣਾ ਰਹੇ ਹਾਂ ਮੈਂ ਕਿ ਲੋ ਯਾਰ ਅੱਛਾ ਤੇ ਕਿਤਨੇ ਕਿ ਰੱਖੇ ਹੋਇਆ ਭਾਈ ਜਾਨ ਹੈਨ ਕੋਈ 15 20 ਹੈਨ ਭਾਈ ਜਾਨ ਤੇ ਕਦੋਂ ਤੋਂ ਸ਼ੌਕ ਕਰ ਰਹੇ ਨੇ ਭਾਈ ਜਾਨ 2 ਸਾਲ ਹੋ ਗਏ ਨੇ ਸ਼ੌਕ ਕਰ ਰਹੇ ਆ ਤੇ ਚਾ ਬਈ ਨਾਂ ਦਾ ਕੀ ਖਸਾਬ ਕਿਤਾਬ ਹੈ ਖਰਚਾ ਕੋਈ ਕੋਈ ਅਦਰਵਾਈਜ਼ ਭਾਈ ਇਹਦਾ ਕੋਈ ਖਰਚਾ ਹੀ ਕੋਈ ਨਹੀਂ ਇਹਨਾਂ ਸਿਰਫ ਆਪਾਂ ਟਿਕਟ ਟਪੈਣੇ ਆਏ ਖਲੋ ਆ ਨੇਮ ਖਾਉਂਿਆ ਇਹਨਾਂ ਅੱਛਾ ਨੇਮ ਹੀ ਖਾ ਜਾਂਦੇ ਨੇ ਨੇਮ ਜੋ ਹੋਵੇ ਨਾ ਹਾਂਜੀ ਫਸਲਾਂ ਦੀ ਹਰ ਚੀਜ਼ ਖਾ ਜਾਂਦੇ ਨੇ ਹਾਂ ਇੱਧਰ ਵੀ ਲੇਟੇ ਹੋ ਨਹੀਂ ਲੈ ਭਾਈ ਗਰਮੀ ਤੋਂ ਆਦਾ ਹਾਂ ਇਹ ਗਰਮੀ ਤੋਂ ਤੇ ਇੱਧਰ ਵੀ ਬੈਠੇ ਹੋ ਨੇ ਇਸਾਰੇ ਦਿਨ ਇੱਥੇ ਕਿੱਧਰ ਜਾਂਦੇ ਤ ਨਹੀਂ ਨਹੀਂ ਇੱਥੇ ਰੰਨ ਲਿਆਓ ਮਸ਼ੀਨ ਚਵਾ ਗਏ ਮੈਨੂੰ ਜਿੱਥੇ ਪੱਟੇ ਵਗੈਰਾ ਪਾਉਣ ਦੇ ਹਾਂ ਆ ਜਾਂਦਾ ਡੇਰਾ ਇੱਥੇ ਆਂਦੇ ਬਸ ਆਪ ਦਾ ਅੱਛਾ ਗੋਰਾਂ ਜਿਹੜੀ ਵਜੀ ਹੋਈਆਂ ਨੇ ਹਾਂਜੀ ਆ ਇੱਥੇ ਰੰਨ ਲੈਣਾ ਆਪਣੀ ਜਗ੍ਹਾ ਤੇ ਬਸ ਤੇ ਦਰਦੇ ਬੋਉਣ ਨੂੰ ਪਾਈ ਜਾਂ ਅੱਛਾ ਹਾਂਜੀ ਦਰਦੇ ਬੋਉਣੇ ਜੇ ਰੱਖੋ ਜੀ ਹੁਣ ਬੈਠਣ ਇਹ ਨਹੀਂ ਗੱਲ ਸਕਦੇ ਭਾਈ ਦੋ ਤੇ ਖਾਣੇ 'ਚ ਇਸਤੇਮਾਲ ਹੋ ਸਕਦੇ ਨੇ ਹਾਂਜੀ ਹਾਂ ਹੋ ਸਕਦੇ ਨੇ ਲੋਕ ਸਾਡੇ ਕੋਲ ਲੈ ਕੇ ਜਾਂਦੇ ਨੇ ਅੱਛਾ ਖਾਂਦੇ ਵੀ ਨੇ ਹਾਂਜੀ ਖਾਂਦੇ ਵੀ ਨੇ ਹਾਂਜੀ ਖਾਂਦੇ ਨੇ ਲੈ ਕੇ ਜਾਂਦੇ ਨੇ ਸਾਡੇ ਕੋਲ ਹੁਣ ਅਗਰ ਸੇਲ ਕਰਨੇ ਹੋ ਤਾਂ ਨੰਬਰ ਵਗੈਰਾ ਦੇ ਦੋਗੇ ਹਾਂ ਭਾਈ ਜਾਨ ਸੇਲ ਅਸੀਂ ਕਰਦੇ ਨੇ ਤੇ ਰੱਤ ਨੰਬਰ ਜ਼ਰੂਰ ਦੱਸਿਓ ਰੱਤ ਨੰਬਰ ਹੈ ਭਾਈ ਜਾਨ 0300 ਪੂਰਾ 0300 281327 ਹੈ ਅੱਛਾ ਭਾਈ ਤੇ ਹੁਣ ਅੱਗੇ ਵੀ ਤੁਹਾਡੇ ਰੱਖਣ ਦਾ ਕੋਈ ਪ੍ਰੋਗਰਾਮ ਹੈ ਹਾਂਜੀ ਭਾਈ ਜਾਨ ਰੱਖਣੇ ਅਸੀਂ ਅੱਗਾ ਨਸਲਾ ਇਹਨਾਂ ਦੀ ਵਧਾਣੀ ਹੈ ਨੇ ਕਿਉਂ ਨਹੀਂ ਅਸੀਂ ਛੁਰੂ ਸਾਡਾ ਕਾਰੋਬਾਰੀ ਹੈ ਸੇਲ ਅੱਛਾ ਤੇ ਅਦਰਵਾਜ਼ ਕੋ ਸ਼ੌਕ ਸੋਕ ਸਾਦਾ ਹੈ ਮੁਰਗੇ ਸਿਰਖੇ ਚਲੋ ਜੀ ਮਾਸ਼ਾਅੱਲਾ ਅੱਲਾ ਹਫਿਜ਼ ਸਾਨੂੰ ਇਜਾਜ਼ਤ ਦਿਓ